ਆ ਜੀ ਦਾਸ ਹੱਥ ਬੰਨ ਕੇ ਧਿਆਉਂਦੇ ਪਰਮਾਤਮਾ ਨੂੰ ਰੰਗਲੇ ਦਿਮਾਗ ਚੱਜ ਕਾਦੇ ਨਾਮੀ ਬੈਟਰੀ ਵੇਦ ਤੇ ਗ੍ਰੰਥ ਲਿਆ ਕੇ ਵਾਚ ਲੈ ਅਨੇਕ ਮੈਂ ਤਾਂ ਪੜ ਲੈ ਬਥੇਰਾ ਲਜਾ ਮਹਾਰਾਜ ਮੈਂ ਡਰੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ਬਾਨ ਸਿੱਖੀ ਲੈ ਕੇ ਪ੍ਰੋਫੈਸਰ ਸਿਖਾਦੇ ਐਸੇ ਲਾਇਬ੍ਰੇਰੀ ਬਾਬੂ ਜੀ ਮੇਰ ਕਰੋ ਆਪਣਾ ਸਮਝ ਬਚਾਇਆ ਜੇ ਨਾ ਮੇਰਾ ਚਰੀ ਪੰਜਾਬੀ ਦੀ ਮੈਂ ਕਰੀ ਬਹਿ ਜੋ ਪੌੜਾ ਸ਼ੋਰ ਮਾੜਾ ਲੈ ਚਲਾ ਬਣਾਉਣਾ ਮਾੜਾ ਮਿੱਠੜੀ ਜਵਾਨ ਰਾਗ ਦੀਆ ਮਲਾਪ ਦੀ ਸੋਗ ਵਿੱਚ ਗਾਉਣਾ ਮਾੜਾ ਵੈਰ ਨੂੰ ਵਧਾਉਣਾ ਮਾੜਾ ਰੱਖਣੀ ਲਿਹਾਜ ਗੱਲ ਕਰਨੀ ਮਲਾਪ ਦੀ ਦੁਖੀ ਨੂੰ ਦਿਖਾਉਣਾ ਮਾੜਾ ਵਾੜਿਆਂ ਨੂੰ ਢਾਉਣਾ ਮਾੜਾ ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ਬਾਬੂ ਜੀ ਪੰਜਾਬੀ ਪੀਰੇ ਸਿੱਖ ਦਾ ਜਵਾਨਾ ਹੋਰ ਵੀਰ ਕੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਬੈਂਗ ਤੋਂ ਬੰਗਾਲੀ ਬੋਲੇ ਪਾਸ ਤੋਂ ਪਠਾਣ ਬੋਲੇ ਆਪ ਦੀ ਜਵਾਨ ਚ ਕਿਤਾਬ ਲੋਕੀ ਛਾਪ ਦੀ ਹਿੰਦੀ ਔਰ ਹਿੰਦੀ ਅਰਬੀ ਤੇ ਤੀਜੀ ਔਰ ਦੂਰ ਲਾਗ ਨਾਲ ਇਸ ਵਜ੍ਹਾ ਔਰ ਦੂ ਜਵਾਨ ਜਾਣੀ ਚਾਪ ਦੀ ਚਰੀ ਜੀ ਬੋਲੀ ਛੱਡ ਚਲੇ ਗਏ ਵਲੈਤ ਗੋਰੇ ਚੜੀ ਵੀ ਜ਼ਹਿਰ ਤੈਨੂੰ ਮੰਗਰੇ ਜੀ ਛਾਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨਾ ਹੋਰ ਵੀਰ ਕੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨਾ ਹੋਰ ਵੀਰ ਕੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਮੁੰਡ ਸੀ ਬਣਾਉਣਾ ਫਿਰੇ ਨਿਕਰਾਂ ਦਾ ਮੇਚ ਲੈਂਦਾ ਲਿਆਉਣੀ ਸਾਲਵਾਰ ਤੇ ਕਮੀਜ਼ ਲੈਂਦਾ ਫਿਰੇ ਦੀ ਹੋਇਆ ਆਦਾ ਰੰਗ ਵੈਦ ਖੰਗ ਦੀ ਦਵਾਈ ਕਰੇ ਪੇਟ ਦੀ ਦਰਦ ਨੂੰ ਰੂਕੀ ਗੋਲੀ ਤਾਪ ਦੀ ਮਾਦਰੀ ਜਬਾਨ ਛੱਡ ਚਲੇ ਗਏ ਵਲਾ ਕੋਰੇ ਚੜੀ ਵੀ ਜ਼ਹਿਰ ਤੈਨੂੰ ਅੰਗਰੇ ਕੀ ਛਾਪ ਦੀ ਤੂੰ ਅੱਧ ਬਾਬੂ ਜੀ ਪੰਜਾਬੀ ਮੇਰੇ ਸਿੱਖ ਦਾ ਜਵਾਨਾ ਹੋਰ ਵੀਰ ਦੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਢੋਲ ਗੱਜ ਪਾਵੇ ਮਿੱਠੀ ਤੁਰੀ ਦੀ ਆਵਾਜ਼ ਹੁੰਦੀ ਰੇਲ ਚੀਕਾਂ ਮਾਰਦੀ ਡਰਾਉਣੀ ਰਾਜ ਬਾਪ ਦੀ ਸ਼ੇਰਾ ਸ਼ੇਰ ਬੱਬਰ ਚੰਗਿਆੜੇ ਹੋਰ ਮੇਮਣੀ ਦੇ ਨਾਲ ਬਾਜ ਰਲੇ ਨਾ ਗਣਾਪ ਦੀ ਕੋਇਲ ਕੂਕੂ ਕਰੇ ਸਦਾ ਆਪਣੀ ਜਬਾਨ ਵਿੱਚ ਬੋਲ ਬੋਲ ਆਪਣੀ ਜਬਾਨ ਕਰ ਲਾਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਉਹ ਨਵਾਂ ਸਾਲ ਚੜ੍ਹਨਾ ਨਵੇਂ ਰੰਗ ਲੈ ਕੇ ਤੇ ਅਸਾਂ ਪੂਰੀਆਂ ਸਭ ਦੀਆਂ ਕਰੋ ਦਾਤਾ ਜਿਹੜੇ ਨੇਕ ਕਮਾਈਆਂ ਚੋਂ ਦਸਵੰਧ ਕੱਢਦੇ ਤੇ ਆਪੇ ਝੂਲੀਆਂ ਸਭ ਦੀਆਂ ਭਰੋ ਦਾਤਾ ਉਹ ਕਰਮ ਕਰਨਾ ਇਨਸਾਨ ਦਾ ਫਰਜ਼ ਬਣਦਾ ਤੇ ਲਿਖੇ ਲੇਖਾਂ ਨੂੰ ਆਪ ਹੀ ਪੜੂ ਕਿਸੇ ਮੜੀ ਮਸਾਣੀ ਨਾ ਚੜੂ ਦਾਤਾ ਤੇ ਕਿਸੇ ਮੜੀ ਮਸਾਣੀ ਨਾ ਚੜੂ ਦਾਤਾ ਪਰਮ ਸਤਿਕਾਰਯੋਗ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਕਰਕੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਦੇ ਲਈ ਅਤੇ 2016 ਨੂੰ ਅਲਵਿਦਾ ਕਹਿਣ ਲਈ ਸਮੁੱਚੀਆਂ ਸੰਗਤਾਂ ਇਕੱਤਰ ਹੋਏ ਹਨ ਗੁਰੂ ਦੇ ਦਰਬਾਰ ਦੇ ਵਿੱਚ। ਆਓ ਸਭ ਤੋਂ ਪਹਿਲਾਂ ਲਵਾਓ ਜਿੱਥੇ ਦੀ ਹਾਜ਼ਰੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਸੇਵਾ ਦੇ ਵਿੱਚ ਆਪਾਂ ਪਹਿਲਾ ਪ੍ਰਸੰਗ ਬਾਬਾ ਫਰੀਦ ਜੀ ਦੇ ਜੀਵਨ ਅਤੇ ਉਹਨਾਂ ਦੀ ਭਗਤੀ ਬਾਰੇ ਰੱਖਿਆ। ਆਓ ਜਿੰਨਾ ਵੀ ਸਮਾਂ ਹੈ ਆਪਾਂ ਉਸੇ ਪ੍ਰਸੰਗ ਦੇ ਵਿੱਚੋਂ ਜੋ ਉਹਦੇ ਗੁਰੂ ਨੇ ਪਾਠ ਕੀਤੀ ਹੈ ਆਪਾਂ ਉਸੇ 'ਤੇ ਵਿਚਾਰਾਂ ਕਰਨੀਆਂ ਨੇ। ਪਿਛਲੇ ਸਮੇਂ ਦੇ ਵਿੱਚ ਤੁਹਾਡੀ ਸੇਵਾ 'ਚ ਮੈਂ ਅਸੀਂ ਇਤਿਹਾਸ ਰੱਖਿਆ ਕਿ ਬਾਬਾ ਫਰੀਦ ਜੀ ਆਪਣੀ ਮਾਂ ਮਾਤਾ ਮਰਗੀ ਮੈਂ ਉਸ ਨੂੰ ਚੇਤਕ ਲਾਈ ਆ ਭਗਤੀ ਦੀ, ਘਰ ਵਿੱਚ ਬੈਠ ਕੇ ਭਗਤੀ ਕੀਤੀ ਹੈ, ਜੰਗਲਾਂ ਵਿੱਚ ਤੁਰੇ ਗਏ ਹੈ, ਜੰਗਲ ਜਾ ਕੇ ਭਗਤੀ ਕੀਤੀ ਹੈ, ਪਰ ਉੱਥੇ ਲੱਕੜਹਾਰੇ ਨੇ ਗਿਆਨ ਦੀਆਂ ਗੱਲਾਂ ਦੱਸੀਆਂ ਕਿ ਪਹਿਲਾਂ ਬਾਬਾ ਕੋਈ ਗੁਰੂ ਲੱਭ, ਉਸ ਪਰਮਾਤਮਾ ਦੇ ਨਾਲ ਇੱਕ ਮੈਂ ਕੋਈ ਰੂਹ ਲੱਭ ਆ ਉਹਦੇ ਜਾ ਕੇ ਕਰਨੀ ਲੱਗ ਤਾਂ ਤੈਨੂੰ ਉਸ ਪਰਮਾਤਮਾ ਦੇ ਫਿਰ ਦਰਸ਼ਨ ਹੋ ਸਕਦੇ ਹੈ। ਤਾਂ
ਤਾਂ ਗੁਰਮੁਖੋ ਕਹਿੰਦੇ ਬਾਬਾ ਫਰੀਦ ਉਸ ਪਰਮਾਤਮਾ ਦੇ ਨਾਲ ਇੱਕ ਮੈਂ ਕੋਈ ਰੂਹ ਲੱਭਿਆ ਅਤੇ ਜਾ ਕੇ ਦਿੱਲੀ ਦੇ ਖਵਾਜਾ ਪੀਰ ਬਖਤਿਆਰ ਕਾਕੀ ਦੇ ਚਾਨੇ ਲੱਗਿਆ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਬਾਬਾ ਫਰੀਦ ਜੀ ਦੀ ਪੱਕੀ ਸੇਵਾ ਲਾ ਦਿੱਤੀ ਉਸਦੇ ਮਰਸ਼ਦ ਨੇ ਕਿ ਅੰਮ੍ਰਿਤ ਵੇਲੇ ਮੈਨੂੰ ਗਰਮ ਜਲ ਕਰਕੇ ਦੇਣਾ ਇਸ਼ਨਾਨ ਦੇ ਲਈ ਧੋਤੇ ਵਸਤਰ ਦੇਣੇ ਆ ਆਸਣ ਲਾ ਕੇ ਦੇਣਾ ਹੈ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਸੇਵਾ ਕਰਦਿਆਂ ਆਪਣੇ ਮਰਸ਼ਦ ਦੀ ਅਤੇ ਸਮੇਂ ਦੀ ਪਰਖ ਬਾਬਾ ਫਰੀਦ ਜੀ ਦੇ ਇਮਤਿਹਾਨ ਦੀ ਘੜੀ ਆ ਗਈ ਹੈ ਕਹਿੰਦੇ ਬਾਬਾ ਫਰੀਦ ਹਰ ਰੋਜ਼ ਚੁੱਲ੍ਹੇ ਵਿੱਚ ਪਾਥੀ ਨੱਪ ਕੇ ਰੱਖਦਾ ਕਿਉਂਕਿ ਅੰਮ੍ਰਿਤ ਵੇਲੇ ਜਲਦੀ ਅੱਗ ਬੱਚ ਪੈਂਦੀ ਹੈ ਕਹਿੰਦੇ ਮੀਂਹ ਤੇ ਹਨੇਰੀ ਐਸਾ ਕਰਕੇ ਆਇਆ ਕਿ ਚੁੱਲ੍ਹੇ ਦੀ ਸਾਰੀ ਅੱਗ ਖਤਮ ਕਰ ਦਿੱਤੀ ਹੈ ਜਦੋਂ ਨੂੰ ਬਾਬਾ ਫਰੀਦ ਜੀ ਨੂੰ ਜਾਗ ਆਈ ਹੈ ਤਾਂ ਉਸ ਟਾਈਮ 'ਤੇ ਅੱਗ ਬਿਲਕੁਲ ਖਤਮ ਹੋ ਚੁੱਕੀ ਸੀ ਹੁਣ ਬਾਬਾ ਫਰੀਦ ਕਹਿੰਦੇ ਅੱਗ ਦੀ ਭਾਲ ਵਿੱਚ ਤੁਰਿਆ ਹੱਥ 'ਚ ਛੁੱਟੀ ਫੜ ਲਈ ਹੈ ਅਤੇ ਇੱਕ ਮੰਗਣੀ ਫੜ ਲਈ ਹੈ ਅੱਗ ਦੀ ਭਾਲ ਕਰਦਾ ਕਰਦਾ ਇੱਕ ਵੇਸਵਾ ਦੇ ਕੋਠੇ 'ਤੇ ਜਾ ਵੜਿੰਦਾ ਗੁਰਮੁਖ ਜਾ ਕੇ ਜਦੋਂ ਦਰਵਾਜ਼ਾ ਖੜਕਾਇਆ ਅਤੇ ਬਾਬਾ ਫਰੀਦ ਜੀ ਨੂੰ ਇੱਕ ਸੁੰਦਰਤਾ ਦੀ ਲੱਦੀ ਹੋਈ ਲੜਕੀ ਗਣਕਾ ਵੇਸਵਾ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਹੈ ਕਿ ਬਾਬਾ ਤੂੰ ਕਾਮ ਦਾ ਪੁਜਾਰੀ ਆ ਮੇਰੇ ਸਤਰ 'ਤੇ ਆਇਆ ਪਰ ਅੱਗੋਂ ਬਾਬਾ ਫਰੀਦ ਕਹਿਣ ਲੱਗਾ ਨਹੀਂ ਭਾਈ ਮੈਂ ਤਾਂ ਅੱਗ ਲੈ ਕੇ ਜਾਣੀ ਹੈ ਗਣਕਾ ਵੇਸਵਾ ਕਹਿਣ ਲੱਗੀ ਬਾਬਾ ਤੂੰ ਮੈਨੂੰ ਕਸਤੂਰੀ ਦਾ ਗਾਹਕ ਲੱਗਦਾ ਪਰ ਹੈਂਗ ਦੀ ਦੁਕਾਨ 'ਤੇ ਆ ਗਿਆ ਤੂੰ ਮੈਨੂੰ ਫੁੱਲਾਂ ਦਾ ਭਾਉਣਾ ਲੱਗਦਾ ਪਰ ਰੂੜੀ 'ਤੇ ਆ ਗਿਆ ਇੱਥੋਂ ਚਲਾ ਜਾ ਕਿਉਂਕਿ ਇਹ ਐਸੀ ਕੋਲਿਆਂ ਦੀ ਖਾਣ ਆ ਜੋ ਵੀ ਇੱਥੋਂ ਲੱਗ ਜਾਂਦਾ ਉਹਦੇ ਮੱਥੇ 'ਤੇ ਐਸੀ ਕਾਠ ਲੱਗ ਜਾਂਦੀ ਆ ਸਾਰੀ ਉਮਰ ਲੈ ਨਹੀਂ ਸਕਦੀ ਗੁਰਮੁਖੋ ਹੁਣ ਬਾਬਾ ਫਰੀਦ ਮੋੜ ਕੇ ਜਿਵੇਂ ਜਵਾਬ ਦਿੰਦਾ ਉਸ ਵੇਸਵਾ ਨੂੰ ਕਿ ਭਾਈ ਨਾ ਤਾਂ ਮੈਂ ਕੋਈ ਕਸਤੂਰੀ ਦਾ ਗਾਹਕ ਹਾਂ ਨਾ ਕੋਈ ਫੁੱਲਾਂ ਦਾ ਪੌਰਾ ਮੈਂ ਤਾਂ ਇੱਕ ਫਕੀਰ ਦਾ ਚੇਲਾ ਏ ਅਤੇ ਅੱਗ ਲੈਣ ਆਇਆ ਅੱਗ ਦੇ ਕੇ ਤੇਰੇ ਕੋਲ ਹੈ ਤਾਂ ਆਓ ਪਿਆਰਿਓ ਜਿਵੇਂ ਮੋੜ ਕੇ ਜਵਾਬ ਦੇ ਰਿਹਾ ਉਹਨਾਂ ਲੈਣਾ ਨੂੰ ਤੁਹਾਡਾ ਆਪਣਾ ਦਾ ਟਾਸਾ ਹੋ ਗਿਆ ਇਹੋ ਮੈਂ ਗੱਲ ਕਰ ਕਾਕੀ ਮੈਂ ਕੁਛ ਹੋਰ ਹਾਂ ਤੂੰ ਸਮਝੀ ਕੁਛ ਹੋਰ ਮੈਂ ਦਰਵੇਸ਼ ਫਰੀਦ ਹਾਂ ਨਹੀਂ ਰੂਪ ਦਾ ਚੋਰ ਛੰਦ ਲੈ ਸ਼ਬਦਿਆ ਸ਼ਬਦ ਚੋਣ ਕੇ ਪਿਕਲ ਨਾਲ ਤੁਲਿਆ ਗਣਕਾ ਦੇ ਮੁੱਖ ਚੋਂ ਮਖੌਲ ਸੁਣ ਕੇ ਸ਼ਕਾਰ ਗੰਜ ਬੋਲਿਆ ਹਾਵੀ ਭਾਰਤ ਦੇ ਫਕੀਰ ਨਾ ਸਵਾਦ ਚੂਰੀ ਦਾ ਆਨੰਦ ਚੌਲ ਦਾਲ ਚੰਗ ਬੀਬੀ ਜੀ ਗਾਹਕ ਮੈਂ ਨਾ ਕਸਤੂਰੀ ਦਾ ਆਗਨੀ ਦੀ ਪਾਲ ਚੰਗ ਉਸ ਦਾ ਤੇ ਇਸ ਬੰਦੇ ਦਾ ਵਸੇਰਾ ਹੈ ਲੱਗੇ
ਗਾਹਕ ਮੈਨਕਾ ਸਤੂਰੀ ਦਾ ਅਗਨੀ ਦੀ ਪਾਲ ਚਹਿਮੈ ਉਹ ਛੇਤੀ ਦੇ ਦੇ ਜਾ ਕੇ ਪਾਣੀ ਤੱਤਾ ਕਰ ਦਿਆ ਅਗਨੀ ਮਚਾਉਣ ਨਾਮ ਬਾਲਟੀ ਚ ਪਾਹ ਮਾਮ ਵਿੱਚ ਤਰ ਦਿਆ ਬਰਸ਼ੋ ਦਾ ਦੇ ਨੌਣ ਨਾਮ ਹਾਮੀ ਆਪੀ ਆ ਪਰਾੜ ਉਹਨਾਂ ਦੀ ਹਜੂਰੀ ਦਾ ਜਰਾ ਜਿਆ ਦਾ ਕਾਲ ਚਾ ਜਰਾ ਜਿਆ ਦਾ ਕਾਲ ਚਾਹਨਾ ਬੀਬੀ ਗੀ ਗਾਹਕ ਮੈਨਕਾ ਸਤੂਰੀ ਦਾ ਅਗਨੀ ਦੀ ਪਾਲ ਚਾਹ ਕਹਿੰਦੇ ਬਾਬਾ।